ਦੁਨੀਆ ਦਾ ਸਭ ਤੋਂ ਪਹਿਲਾਂ ਵਿਸ਼ਵ ਵਿਦਿਆਲਿਆ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦਾ ਸਭ ਤੋਂ ਪਹਿਲਾਂ ਸੀਵਰੇਜ ਸਿਸਟਮ ਵਾਲਾ ਪਲੈਨਡ ਸ਼ਹਿਰ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦੀ ਸਭ ਤੋਂ ਪਹਿਲਾਂ ਮੈਡੀਕਲ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਸਰਜਰੀ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਨੀਤੀ ਸ਼ਾਸਤਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲੀ ਗ੍ਰਾਮਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ। ਸੋ ਇਟਸ ਅ ਲੌਂਗ ਸੀਰੀਜ਼। ਪੰਜਾਬ ਨੂੰ ਅੰਡਰ ਐਸਟੀਮੇਟ ਕਰਨ ਵਾਲਿਆਂ ਨੂੰ ਬਹੁਤ ਸੋਹਣਾ ਜਵਾਬ ਹੈ ਸ਼ਾਰਟ ਦੇ ਵਿੱਚ। ਥੈਂਕ ਯੂ। ਦੁਨੀਆ ਦੀ ਸਭ ਤੋਂ ਪਹਿਲੀ ਪੁਸਤਕ ਦੀ ਰਚਨਾ ਪੰਜਾਬ ਦੀ ਧਰਤੀ 'ਤੇ ਹੋਈ, ਦੁਨੀਆ ਦਾ ਸਭ ਤੋਂ ਪਹਿਲਾਂ ਵਿਸ਼ਵ ਵਿਦਿਆਲਿਆ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦਾ ਸਭ ਤੋਂ ਪਹਿਲਾਂ ਸੀਵਰੇਜ ਸਿਸਟਮ ਵਾਲਾ ਪਲੈਨਡ ਸ਼ਹਿਰ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦੀ ਸਭ ਤੋਂ ਪਹਿਲਾਂ ਮੈਡੀਕਲ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਸਰਜਰੀ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਨੀਤੀ ਸ਼ਾਸਤਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲੀ ਗ੍ਰਾਮਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ। ਸੋ ਇਟਸ ਅ ਲੌਂਗ ਸੀਰੀਜ਼ ਵਿੱਚ ਵੀ ਵਾਂਟ ਟੂ ਸ਼ੋਕੇਸ ਟੂ ਆਰ ਯੂਥ, ਸਾਡਾ ਜਿਹੜਾ ਅੱਜ ਦਾ ਬੁੱਧੀਜੀਵੀ ਹੈ, ਰਿਸਰਚਰ ਹੈ, ਵਿਦਿਆਰਥੀ ਹੈ, ਟੀਚਰ ਹੈ, ਤੋਂ ਆਮ ਜਨ ਹੈ, ਅਸੀਂ ਉਸ ਤੱਕ ਪੰਜਾਬ ਦੇ ਉਸ ਅਮੀਰ ਵਿਰਸੇ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਜੋ ਕਿ ਕਿਤੇ ਨਾ ਕਿਤੇ ਕਿਤਾਬਾਂ ਦੇ ਵਿੱਚ ਲਾਇਬ੍ਰੇਰੀਆਂ ਦੇ ਵਿੱਚ ਬੰਦ ਹੋ ਗਿਆ ਹੈ, ਔਰ ਜਿਸ ਦੀ ਅਣਹੋਂਦ ਕਰਕੇ ਜੋ ਸਾਡੇ ਲੋਕਾਂ ਨੇ ਕਿਤੇ ਨਾ ਕਿਤੇ ਮੰਨ ਲਿਆ ਹੈ ਕਿ ਸ਼ਾਇਦ ਸਾਨੂੰ ਐਜੂਕੇਸ਼ਨ ਅਤੇ ਸਾਇੰਸ ਐਂਡ ਟੈਕਨੋਲੋਜੀ ਬ੍ਰਿਟਿਸ਼ ਲੋਕਾਂ ਨੇ ਦਿੱਤੀ ਹੈ। ਸੋ ਅਸੀਂ ਜਸਟ ਜਿਹੜੀ ਸਾਡੀ ਪੁਰਾਤਨ ਪਰੰਪਰਾ ਹੈ ਕਿ ਜਦੋਂ ਹਜੇ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਲੋਕ ਹੰਟਰ ਐਂਡ ਗੈਦਰਰ ਦੀ ਸਥਿਤੀ 'ਚ ਸੀ ਔਰ ਗੁਫਾਵਾਂ 'ਚ ਰਹਿੰਦੇ ਸੀ ਔਰ ਭਾਸ਼ਾ ਵੀ ਪ੍ਰੋਪਰਲੀ ਡਿਵੈਲਪ ਨਹੀਂ ਸੀ ਕਰ ਪਾਏ, ਉਸ ਟਾਈਮ 'ਤੇ ਪੰਜਾਬ ਦੀ ਧਰਤੀ ਦੇ ਉੱਤੇ ਤਕਸ਼ਿਲਾ ਵਰਗੀ ਯੂਨੀਵਰਸਿਟੀ ਬਣ ਚੁੱਕੀ ਸੀ ਜਿਸ ਦੇ ਵਿੱਚ 64 ਤੋਂ ਜ਼ਿਆਦਾ ਵਿਸ਼ੇ ਪੜ੍ਹਾਏ ਜਾਂਦੇ ਸੀ ਔਰ 10,000 ਵਿਦਿਆਰਥੀ ਦੁਨੀਆ ਦੇ ਕੋਨੇ ਕੋਨੇ ਤੋਂ ਸਿੱਖਿਆ ਲੈਣ ਆਉਂਦੇ ਸੀ। ਅਸੀਂ ਉਹ ਸਾਰੇ ਜਿਹੜੇ ਪੱਖ ਨੇ ਪੰਜਾਬ ਦੇ ਪਿਛਲੇ 10,000 ਸਾਲ ਦੇ ਇਤਿਹਾਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ। ਪੰਜਾਬ ਨੂੰ ਅੰਡਰ ਐਸਟੀਮੇਟ ਕਰਨ ਵਾਲਿਆਂ ਨੂੰ ਬਹੁਤ ਸੋਹਣਾ ਜਵਾਬ ਹੈ ਸ਼ਾਰਟ ਦੇ ਵਿੱਚ। ਥੈਂਕ ਯੂ। ਦੁਨੀਆ ਦਾ ਸਭ ਤੋਂ ਪਹਿਲਾਂ ਵਿਸ਼ਵ ਵਿਦਿਆਲਿਆ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦਾ ਸਭ ਤੋਂ ਪਹਿਲਾਂ ਸੀਵਰੇਜ ਸਿਸਟਮ ਵਾਲਾ ਪਲੈਨਡ ਸ਼ਹਿਰ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦੀ ਸਭ ਤੋਂ ਪਹਿਲਾਂ ਮੈਡੀਕਲ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਸਰਜਰੀ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਨੀਤੀ ਸ਼ਾਸਤਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲੀ ਗ੍ਰਾਮਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ। ਸੋ ਇਟਸ ਅ ਲੌਂਗ ਸੀਰੀਜ਼। ਪੰਜਾਬ ਨੂੰ ਅੰਡਰ ਐਸਟੀਮੇਟ ਕਰਨ ਵਾਲਿਆਂ ਨੂੰ ਬਹੁਤ ਸੋਹਣਾ ਜਵਾਬ ਹੈ ਸ਼ਾਰਟ ਦੇ ਵਿੱਚ। ਥੈਂਕ ਯੂ। ਦੁਨੀਆ ਦੀ ਸਭ ਤੋਂ ਪਹਿਲੀ ਪੁਸਤਕ ਦੀ ਰਚਨਾ ਪੰਜਾਬ ਦੀ ਧਰਤੀ 'ਤੇ ਹੋਈ, ਦੁਨੀਆ ਦਾ ਸਭ ਤੋਂ ਪਹਿਲਾਂ ਵਿਸ਼ਵ ਵਿਦਿਆਲਿਆ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦਾ ਸਭ ਤੋਂ ਪਹਿਲਾਂ ਸੀਵਰੇਜ ਸਿਸਟਮ ਵਾਲਾ ਪਲੈਨਡ ਸ਼ਹਿਰ ਪੰਜਾਬ ਦੀ ਧਰਤੀ 'ਤੇ ਬਣਿਆ, ਦੁਨੀਆ ਦੀ ਸਭ ਤੋਂ ਪਹਿਲਾਂ ਮੈਡੀਕਲ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਸਰਜਰੀ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲਾਂ ਨੀਤੀ ਸ਼ਾਸਤਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ, ਦੁਨੀਆ ਦੀ ਸਭ ਤੋਂ ਪਹਿਲੀ ਗ੍ਰਾਮਰ ਦੀ ਕਿਤਾਬ ਪੰਜਾਬ ਦੀ ਧਰਤੀ 'ਤੇ ਲਿਖੀ ਗਈ। ਸੋ ਇਟਸ ਅ ਲੌਂਗ ਸੀਰੀਜ਼ ਵਿੱਚ ਵੀ ਵਾਂਟ ਟੂ ਸ਼ੋਕੇਸ ਟੂ ਆਰ ਯੂਥ, ਸਾਡਾ ਜਿਹੜਾ ਅੱਜ ਦਾ ਬੁੱਧੀਜੀਵੀ ਹੈ, ਰਿਸਰਚਰ ਹੈ, ਵਿਦਿਆਰਥੀ ਹੈ, ਟੀਚਰ ਹੈ, ਤੋਂ ਆਮ ਜਨ ਹੈ, ਅਸੀਂ ਉਸ ਤੱਕ ਪੰਜਾਬ ਦੇ ਉਸ ਅਮੀਰ ਵਿਰਸੇ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਜੋ ਕਿ ਕਿਤੇ ਨਾ ਕਿਤੇ ਕਿਤਾਬਾਂ ਦੇ ਵਿੱਚ ਲਾਇਬ੍ਰੇਰੀਆਂ ਦੇ ਵਿੱਚ ਬੰਦ ਹੋ ਗਿਆ ਹੈ, ਔਰ ਜਿਸ ਦੀ ਅਣਹੋਂਦ ਕਰਕੇ ਜੋ ਸਾਡੇ ਲੋਕਾਂ ਨੇ ਕਿਤੇ ਨਾ ਕਿਤੇ ਮੰਨ ਲਿਆ ਹੈ ਕਿ ਸ਼ਾਇਦ ਸਾਨੂੰ ਐਜੂਕੇਸ਼ਨ ਅਤੇ
ਸਾਇੰਸ ਐਂਡ ਟੈਕਨੋਲੋਜੀ ਬ੍ਰਿਟਿਸ਼ ਲੋਕਾਂ ਨੇ ਦਿੱਤੀ ਹੈ। ਸੋ ਅਸੀਂ ਜਸਟ ਜਿਹੜੀ ਸਾਡੀ ਪੁਰਾਤਨ ਪਰੰਪਰਾ ਹੈ ਕਿ ਜਦੋਂ ਹਜੇ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਲੋਕ ਹੰਟਰ ਐਂਡ ਗੈਦਰਰ ਦੀ ਸਥਿਤੀ 'ਚ ਸੀ ਔਰ ਗੁਫਾਵਾਂ 'ਚ ਰਹਿੰਦੇ ਸੀ ਔਰ ਭਾਸ਼ਾ ਵੀ ਪ੍ਰੋਪਰਲੀ ਡਿਵੈਲਪ ਨਹੀਂ ਸੀ ਕਰ ਪਾਏ, ਉਸ ਟਾਈਮ 'ਤੇ ਪੰਜਾਬ ਦੀ ਧਰਤੀ ਦੇ ਉੱਤੇ ਤਕਸ਼ਿਲਾ ਵਰਗੀ ਯੂਨੀਵਰਸਿਟੀ ਬਣ ਚੁੱਕੀ ਸੀ ਜਿਸ ਦੇ ਵਿੱਚ 64 ਤੋਂ ਜ਼ਿਆਦਾ ਵਿਸ਼ੇ ਪੜ੍ਹਾਏ ਜਾਂਦੇ ਸੀ ਔਰ 10,000 ਵਿਦਿਆਰਥੀ ਦੁਨੀਆ ਦੇ ਕੋਨੇ ਕੋਨੇ ਤੋਂ ਸਿੱਖਿਆ ਲੈਣ ਆਉਂਦੇ ਸੀ। ਅਸੀਂ ਉਹ ਸਾਰੇ ਜਿਹੜੇ ਪੱਖ ਨੇ ਪੰਜਾਬ ਦੇ ਪਿਛਲੇ 10,000 ਸਾਲ ਦੇ ਇਤਿਹਾਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ। ਪੰਜਾਬ ਨੂੰ ਅੰਡਰ ਐਸਟੀਮੇਟ ਕਰਨ ਵਾਲਿਆਂ ਨੂੰ ਬਹੁਤ ਸੋਹਣਾ ਜਵਾਬ ਹੈ ਸ਼ੋਰਟ ਦੇ ਵਿੱਚ। ਥੈਂਕ ਯੂ ਜੀ।